सो लास्ट वीक आप कर रहे थे ऐसे नानक दुखिया सब संसार ठीक असी जान पहचान तुक दा अर्थ ठीक है ते नेक्स्ट हेडिंग से संसार विच सारे दुखी हन अमीर ते गरीब दे दुख सांझे हन ठीक है फिर उस तो बाद आपां कीता सी दुखां दा मूल कारण कि तीन चीजा ने हंकार ईरखा ते इच्छावां साडियां जिहड़ियां वधदियां ने ਇਹ ਦੁੱਖਾਂ ਦਾ ਮੂਲ ਕਾਰਨ ਹੈ ਇਹਦੇ ਕਰਕੇ ਇਨਸਾਨ ਦੁਖੀ ਹੁੰਦਾ ਹੈ ਦੈਨ ਆਪਾਂ ਕੀਤਾ ਸੀ ਦੁੱਖ ਸੁੱਖ ਜੀਵਨ ਦਾ ਹਿੱਸਾ ਹਨ ਠੀਕ ਹੈ ਇਹਦੇ ਵਿੱਚ ਵੀ ਆਪਾਂ ਇੱਕ ਕੋਟੇਸ਼ਨ ਲਿਖੀ ਸੀ ਦੈਨ ਦੁੱਖ ਦਾਰੂ ਹੈ ਮੀਨਸ ਦੁੱਖ ਇਲਾਜ ਹੈ ਠੀਕ ਹੈ ਇੱਥੋਂ ਤੱਕ ਆਪਾਂ ਕਰ ਲਿਆ ਹੋਇਆ ਸੀ ਰਾਈਟ ਸੋ ਲਾਸਟ ਟੂ ਪੁਆਇੰਟਸ ਜਿਹੜੇ ਸਾਡੇ ਰਹਿੰਦੇ ਸੀ ਦੁੱਖ ਦਾਰੂ ਹੈ ਵਿੱਚ ਆਪਾਂ ਇੱਕ ਕੋਟੇਸ਼ਨ ਲਿਖੀ ਸੀ ਦੁੱਖ ਦਾਰੂ ਸਭ ਰੋਗ ਪਿਆ ਠੀਕ ਹੈ ਕਿ ਜੇ ਸਾਨੂੰ ਦੁੱਖ ਆਉਂਦੇ ਨੇ ਤੇ ਸਾਨੂੰ ਸੁੱਖਾਂ ਦਾ ਅਹਿਸਾਸ ਤਾਂ ਹੀ ਹੁੰਦਾ ਹੈ ਜਿਸ ਤਰ੍ਹਾਂ ਰਾਤ ਜਦੋਂ ਪੈਂਦੀ ਹੈ ਉਸ ਤੋਂ ਬਾਅਦ ਜਦੋਂ ਦਿਨ ਚੜ੍ਹਦਾ ਹੈ ਤੇ ਸਾਨੂੰ ਦਿਨ ਦਾ ਅਹਿਸਾਸ ਹੁੰਦਾ ਹੈ ਸਾਨੂੰ ਲੱਗਦਾ ਹੈ ਕਿ ਚਾਨਣ ਸਾਰੇ ਪਾਸੇ ਫੈਲ ਚੁੱਕਾ ਹੈ ਠੀਕ ਹੈ ਇਸੇ ਤਰ੍ਹਾਂ ਹੀ ਦੁੱਖ ਹਮੇਸ਼ਾ ਸੁੱਖਾਂ ਦਾ ਤੇ ਸੁੱਖ ਹਮੇਸ਼ਾ ਦੁੱਖਾਂ ਦਾ ਅਹਿਸਾਸ ਕਰਵਾਉਂਦੇ ਰਹਿੰਦੇ ਨੇ ਰਾਈਟ ਸੋ ਨੈਕਸਟ ਹੈਡਿੰਗ ਹੈ ਪ੍ਰਭੂ ਸਿਮਰਨ ਹੀ ਦੁੱਖਾਂ ਦਾ ਦਾਰੂ ਹੈ ਪ੍ਰਭੂ ਸਿਮਰਨ ਹੀ ਦੁੱਖਾਂ ਦਾ ਦਾਰੂ ਹੈ ਦਾਰੂ ਮੀਨਸ ਇਲਾਜ ਠੀਕ ਹੈ ਕਿ ਚਾਹੇ ਇਨਸਾਨ ਬਹੁਤ ਜ਼ਿਆਦਾ ਦੁਖੀ ਹੈ ਠੀਕ ਹਰ ਇੱਕ ਇਨਸਾਨ ਬਹੁਤ ਜ਼ਿਆਦਾ ਦੁਖੀ ਹੈ ਹਰੀਓਮ ਬੇਟਾ ਨਾਈਨਥ ਦਾ ਪੀਰੀਅਡ ਹੈ ਤੁਹਾਡਾ ਪੀਰੀਅਡ ਅੱਜ ਨਹੀਂ ਹੈ ਸੋ ਤੁਸੀਂ ਆਪਣੀ ਕਲਾਸ ਵਿੱਚ ਜਾ ਸਕਦੇ ਹੋ ਰਾਈਟ ਸੋ ਹਰ ਇੱਕ ਇਨਸਾਨ ਦੁੱਖਾਂ ਦੇ ਵਿੱਚ ਫਸਿਆ ਹੋਇਆ ਹੈ ਛੋਟੇ ਮੋਟੇ ਦੁੱਖ ਸਭ ਨੂੰ ਆਉਂਦੇ ਹੀ ਰਹਿੰਦੇ ਨੇ ਪਰ ਇਨਸਾਨ ਦੁੱਖਾਂ ਵਿੱਚੋਂ ਦੀ ਨਿਕਲ ਕਿੱਦਾਂ ਸਕਦਾ ਹੈ ਸਿਰਫ ਇੱਕ ਪਰਮਾਤਮਾ ਦਾ ਨਾਮ ਜਪ ਕੇ ਠੀਕ ਹੈ ਕਿ ਜਦੋਂ ਤੁਸੀਂ ਪਰਮਾਤਮਾ ਦਾ ਨਾਮ ਜਪਦੇ ਹੋ ਤੇ ਉਦੋਂ ਤੁਹਾਨੂੰ ਇੱਕ ਬਲ ਮਿਲਦਾ ਹੈ ਸ਼ਕਤੀ ਮਿਲਦੀ ਹੈ ਜਿਹਦੇ ਨਾਲ ਤੁਸੀਂ ਸਾਰੇ ਦੁੱਖਾਂ ਤੋਂ ਦੂਰ ਹੋ ਸਕਦੇ ਹੋ ਠੀਕ ਹੈ ਸੱਚੇ ਸਿਮਰਨ ਦੇ ਨਾਲ ਠੀਕ ਹੈ ਤੇ ਪਰਮਾਤਮਾ ਤੁਹਾਨੂੰ ਫਿਰ ਬਲ ਬਖਸ਼ਦਾ ਹੈ ਤੁਹਾਨੂੰ ਹਿੰਮਤ ਬਖਸ਼ਦਾ ਹੈ ਕਿ ਤੁਸੀਂ ਉਹ ਵਾਲੇ ਦੁੱਖਾਂ ਤੋਂ ਨਿਕਲ ਸਕੋ ਠੀਕ ਹੈ ਸੋ ਇਹਦੇ ਵਿੱਚ ਕੋਟੇਸ਼ਨ ਹੈ ਇੱਕ ਨਾਨਕ ਦੁਖੀਆਂ ਸਭ ਸੰਸਾਰ ਸੋ ਸਿੱਖੀਆਂ ਜਿਸ ਨਾਮ ਆਧਾਰ ਨਾਨਕ ਦੁਖੀਆਂ ਸਭ ਸੰਸਾਰ ਸੋ ਸੁਖੀਆ ਜਿਨ ਨਾਮ ਆਧਾਰ ਠੀਕ ਹੈ ਕਿ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਦੁਨੀਆਂ ਵਿੱਚ ਹਰ ਕੋਈ ਦੁਖੀ ਹੈ ਪਰ ਜੋ ਵਿਅਕਤੀ ਪਰਮਾਤਮਾ ਦਾ ਨਾਮ ਸਿਮਰਨ ਕਰਦਾ ਹੈ ਉਹ ਵਿਅਕਤੀ ਹਮੇਸ਼ਾ ਦੁੱਖਾਂ ਤੋਂ ਮੁਕਤੀ ਪਾ ਲੈਂਦਾ ਹੈ ਠੀਕ ਹੈ ਸੋ ਲਾਸਟ ਹੈ ਸਿੱਟਾ ਸਿੱਟਾ ਵਿੱਚ ਕੀ ਲਿਖ ਸਕਦੇ ਹੋ ਹਾਂਜੀ ਅਰਸ਼ਪ੍ਰੀਤ ਯੈਸ ਮੈਮ ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਦੁੱਖ ਅਤੇ ਸੁੱਖ ਮਨੁੱਖੀ ਜੀਵਨ ਦੇ ਦੋ ਪਹਿਲੂ ਹਨ ਸਾਨੂੰ ਇਹਨਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਸਗੋਂ ਡਟ ਕੇ ਇਹਨਾਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ ਸਾਨੂੰ ਮਹਾਂਪੁਰਖਾਂ ਦੇ ਜੀਵਨ ਤੋਂ ਵੀ ਸਿੱਖਿਆ ਲੈਣੀ ਚਾਹੀਦੀ ਹੈ ਕਿ ਕਿਵੇਂ ਉਹਨਾਂ ਨੇ ਪ੍ਰਭੂ ਦਾ ਨਾਮ ਲੈ ਕੇ ਹੀ ਸਾਰੇ ਦੁੱਖ ਝੇਲੇ ਸਨ ਇਹ ਵੀ ਗੱਲ ਠੀਕ ਹੈ ਕਿ ਸੁੱਖਾਂ ਦਾ ਆਨੰਦ ਵੀ ਦੁੱਖਾਂ ਨੂੰ ਸਹਾਰਨ ਤੋਂ ਬਾਅਦ ਹੀ ਮਾਨਿਆ ਜਾ ਸਕਦਾ ਹੈ ਅਤੇ ਸਾਨੂੰ ਦੁਨਿਆਵੀ ਮੋਹ ਮਾਇਆ ਦਾ ਤਿਆਗ ਕਰਕੇ ਸਰਵ ਸ਼ਕਤੀਮਾਨ ਪਰਮ ਪਿਤਾ ਪਰਮੇਸ਼ਵਰ ਦਾ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਵੈਰੀ ਗੁਡ ਠੀਕ ਹੈ ਰਮਨੀਕ ਯੈਸ ਮੈਮ ਅੰਤ ਵਿੱਚ ਗੁਰੂ ਸਾਹਿਬ ਜੀ ਇਹੀ ਫਰਮਾਉਂਦੇ ਹਨ ਕਿ ਜਿਹੜੇ ਲੋਕ ਦੁੱਖਾਂ ਅਤੇ ਸੁੱਖਾਂ ਨੂੰ ਬਰਾਬਰ ਸਮਝਦੇ ਹਨ ਉਹ ਕਦੀ ਦੁਖੀ ਨਹੀਂ ਹੁੰਦੇ ਮਨੁੱਖ ਨੂੰ ਦੁੱਖਾਂ ਨੂੰ ਦੇਖ ਕੇ ਘਬਰਾਉਣਾ ਨਹੀਂ ਚਾਹੀਦਾ ਬਲਕਿ ਇਹਨਾਂ ਨੂੰ ਆਪਣਾ ਇੱਕ ਅੰਗ ਸਮਝ ਕੇ ਸੁੱਖਾਂ ਵਾਂਗ ਹੀ ਸਵੀਕਾਰ ਕਰਨਾ ਚਾਹੀਦਾ ਹੈ ਬਾਕੀ ਦੁੱਖਾਂ ਤੋਂ ਬਚਣ ਲਈ ਜੇ ਸਭ ਤੋਂ ਵੱਡਾ ਦਾਰੂ ਹੈ ਤਾਂ ਉਹ ਹੈ ਪਰਮਾਤਮਾ ਦਾ ਨਾਂ ਰੱਬ ਦੇ ਪਾਣੀ ਨੂੰ ਮਿੱਠਾ ਕਰਕੇ ਮੰਨੋ ਇਸ ਨਾਲ ਸਾਡੇ ਜੀਵਨ ਚ ਆਤਮਿਕ ਬਲ ਪੈਦਾ ਹੁੰਦਾ ਹੈ ਤੇ ਉਹ ਦੁੱਖਾਂ ਨੂੰ ਪਛਾੜਨ ਲਈ ਸੰਘਰਸ਼ ਕਰਦਾ ਹੋਇਆ ਸੁੱਖਾਂ ਦੀ ਪ੍ਰਾਪਤੀ ਕਰ ਲੈਂਦਾ ਹੈ ਵੈਰੀ ਗੁੱਡ
हाँ जिस तरह तुसी रमनी क्या कि रब दी रजा नू मिठा बन के सो अगर तुसी ए वाली लाइन लिखना चाहते हो रमनीक तो फिर तुसी ना एक कोटेशन ऐड कर सकते हो तेरा किया तेरा भाणा मिठा लगे ठीक है अगर तुसी एंडिंग इदा करना चाहते हो तो एंड दे विच ये कर सकते हो कि सानू परमात्मा की रजा विच रहना चाहिए है सो तेरा भाणा मीठा लागे ठीक है इस विच हमेशा सानू विश्वास करना चाहिए है मतलब जो सानू दिता हुआ है परमात्मा ने तेरा भाणा मीठा लागे ठीक है भाणा मतलब रजा परमात्मा की रजा विच सानू हमेशा खुश रहना चाहिए है असी कई बार परमात्मा नू कोसते हैं ठीक है कि परमात्मा ने सानू इन्ने दुख दिते ने परमात्मा सानू ही क्यों दुख दिंदा है जबकि जेड़ा ये दुखां दा साडा रीजन हुंदा ना ये थोड़े अपने कर्मां दा नतीजा हुंदा है ठीक है सो कर्म जेड़े ने वो असलियत विच हुंदे ने ठीक है ये सिर्फ एक कोई किताबी ज्ञान नहीं है सो जिद्दां दे तुसी कर्म करोगे जिद्दां हुण तुसी पेपर विच जिस तरह का तुसी लिख के आओगे ठीक है ਉਦਾਂ ਦੇ ਹੀ ਤੁਹਾਨੂੰ ਮਾਰਕਸ ਮਿਲਣਗੇ ਉਹਦੇ ਵਿੱਚ ਕਿਸੇ ਹੋਰ ਦਾ ਤਾਂ ਕਸੂਰ ਨਹੀਂ ਹੈ ਨਾ ਤੁਹਾਡੇ ਫਰੈਂਡਸ ਦਾ ਕਸੂਰ ਹੈ ਨਾ ਤੁਹਾਡੇ ਟੀਚਰ ਦਾ ਕਸੂਰ ਹੈ ਤੁਹਾਡੀ ਖੁਦ ਦੀ ਮਿਹਨਤ ਇਸੇ ਤਰ੍ਹਾਂ ਹੀ ਤੁਹਾਡੇ ਕੀਤੇ ਹੋਏ ਕਰਮ ਅਗਰ ਤੁਸੀਂ ਚੰਗੇ ਕਰਮ ਕਰੋਗੇ ਤਾਂ ਹਮੇਸ਼ਾ ਤੁਹਾਨੂੰ ਫਲ ਜਿਹੜਾ ਹੈ ਉਹ ਸਹੀ ਮਿਲੇਗਾ ਠੀਕ ਹੈ ਸੋ ਕਰਮਾਂ ਦੇ ਹਿਸਾਬ ਦੇ ਨਾਲ ਹੀ ਤੁਹਾਨੂੰ ਜਿਹੜੇ ਦੁੱਖ ਨੇ ਉਹ ਮਿਲਦੇ ਨੇ ਪਰ ਜਿਹੜਾ ਵਿਅਕਤੀ ਪਰਮਾਤਮਾ ਦਾ ਨਾਮ ਜਪ ਕੇ ਇਹਨਾਂ ਤੋਂ ਛੁਟਕਾਰਾ ਪਾ ਲੈਂਦਾ ਹੈ ਠੀਕ ਹੈ ਉਹ ਵਿਅਕਤੀ ਹਮੇਸ਼ਾ ਜ਼ਿੰਦਗੀ ਵਿੱਚ ਸਫਲ ਹੁੰਦਾ ਹੈ ਕਲੀਅਰ ਬੇਟਾ ਐਸੇ ਸਾਡਾ ਹੋ ਗਿਆ ਕੰਪਲੀਟ ਠੀਕ ਹੈ ਸੋ ਤੁਕਾਂ ਵਾਲੇ ਜਿਹੜੇ ਨੇ ਅਸ਼ਮਿਤ ਮੈਮ ਦੁੱਖ ਦਾਰੂ ਸੁਖ ਰੋਗ ਹੋਇਆ ਮੈਮ ਇਹ ਵਾਲਾ ਕੋਟੇਸ਼ਨ ਦਾ ਮਤਲਬ ਕੀ ਹੈ ਦੁੱਖ ਦਾਰੂ ਉਹਦੇ ਵਿੱਚ ਹੈ ਬੇਟਾ ਕਿ ਜੇ ਦੁੱਖ ਇਲਾਜ ਨੇ ਤੇ ਉਹਦੇ ਨਾਲ ਕੀ ਹੁੰਦਾ ਹੈ ਸਾਰੇ ਸੁੱਖ ਜਿਹੜੇ ਨੇ ਉਹ ਸਾਨੂੰ ਮਿਲ ਜਾਂਦੇ ਨੇ ਤੇ ਦੁੱਖ ਸਾਡੇ ਦੂਰ ਹੋ ਜਾਂਦੇ ਨੇ ਪੱਟੇ ਜਾਂਦੇ ਨੇ ਠੀਕ ਹੈ ਓਕੇ ਸੋ ਇਹਨੂੰ ਤੁਸੀਂ ਤੁਹਾਡੀ ਬੁੱਕ ਤੇ ਬਹੁਤ ਅੱਛੀ ਤਰ੍ਹਾਂ ਲਿਖਿਆ ਹੋਇਆ ਫੁੱਲ ਫਲੈਜ ਨਹੀਂ ਲਿਖਣਾ ਤੁਸੀਂ ਸਿਰਫ ਭੂਮਿਕਾ ਲਿਖਣੀ ਹੈ ਔਰ ਸਿੱਟਾ ਲਿਖਣਾ ਹੈ ਹਾਂ ਜਿਹੜੀਆਂ ਵਿੱਚੇ ਕੋਟੇਸ਼ਨ ਆਉਂਦੀਆਂ ਨੇ ਇਹਨਾਂ ਨੂੰ ਜ਼ਰੂਰ ਲਿਖਿਆ ਕਰੋ ਠੀਕ ਹੈ ਸੋ ਸਾਡੇ ਤੁੱਕਾਂ ਨਾਲ ਰਿਲੇਟਡ ਹੋ ਗਏ ਮੈਂ ਬੋਲ ਰਹੀ ਹਾਂ ਤੁਸੀਂ ਦੇਖ ਸਕਦੇ ਹੋ ਕਿਹੜੇ ਕਿਹੜੇ ਆਪਾਂ ਕੀਤੇ ਹੋਏ ਨੇ ਅਸੀਂ ਕੀਤਾ ਹੈ ਸੋਕਿਓ ਮੰਦਾ ਆਖੀਏ ਠੀਕ ਹੈ ਮਾਂਜੀ ਤੇ ਜਗਜੀਤ ਵੀ ਹੈਵ ਡਨ ਨਾਨਕ ਦੁਖੀਆ ਸਭ ਸੰਸਾਰ ਠੀਕ ਹੈ ਇਹ ਆਪਾਂ ਕੀਤੇ ਹੋਏ ਨੇ ਓਕੇ ਸੋ ਇੱਕ ਚੁੱਪ ਸੌ ਸੁੱਖ ਇਹ ਵੀ ਅਸੀਂ ਕੀਤਾ ਹੋਇਆ ਹੈ ਠੀਕ ਹੈ ਸੋ ਇਹ ਨੇ ਤੁਕਾਂ ਨਾਲ ਆਧਾਰਿਤ ਇਹਨਾਂ ਵਿੱਚੋਂ ਹੀ ਤੁਹਾਨੂੰ ਆਏਗਾ ਠੀਕ ਔਰ ਆਮ ਵਿਸ਼ਿਆਂ ਵਿੱਚ ਆਪਾਂ ਸਮੱਸਿਆਵਾਂ ਨਾਲ ਰਿਲੇਟਡ ਕੀਤੇ ਨੇ ਪ੍ਰਦੂਸ਼ਣ ਦੀ ਸਮੱਸਿਆ ਕੀਤਾ ਹੈ ਅਸੀਂ ਠੀਕ ਹੈ ਬੇਰੁਜ਼ਗਾਰੀ ਦੀ ਮਹਿੰਗਾਈ ਕੀਤਾ ਹੈ ਭ੍ਰਿਸ਼ਟਾਚਾਰ ਕੀਤਾ ਹੈ ਇੱਕ ਆਪਾਂ ਹੋਰ ਕਰਾਂਗੇ ਪੁਸਤਕਾਂ ਦਾ ਮਹੱਤਵ ਠੀਕ ਹੈ ਉਹ ਆਪਾਂ ਮੰਡੇ ਕਰਾਂਗੇ ਸੋ ਇਹ ਚਾਰ ਜਿਹੜੇ ਨੇ ਆਮ ਵਿਸ਼ੇ ਨੇ ਤੇ ਤੁਕਾਂ ਨਾਲ ਆਧਾਰਿਤ ਵੀ ਚਾਰ ਨੇ ਠੀਕ ਹੈ ਸੋ ਟੋਟਲ ਅੱਠ ਐਸੇ ਅੱਠਾਂ ਦੇ ਵਿੱਚ ਉਹਦੀ ਚੁਆਇਸ ਆ ਸਕਦੀ ਹੈ ਇੱਕ ਪਾਸੇ ਤੁਕਾਂ ਨਾਲ ਆਧਾਰਿਤ ਤੇ ਇੱਕ ਪਾਸੇ ਆਮ ਵਿਸ਼ਿਆਂ ਨਾਲ ਸੰਬੰਧਿਤ ਤੁਸੀਂ ਜਾਣਾ ਹੈ ਕਿ ਤੁਸੀਂ ਕਿੱਧਰ ਨੂੰ ਤੁਹਾਨੂੰ ਕਿਹੜਾ ਈਜ਼ੀ ਲੱਗਦਾ ਹੈ ਠੀਕ ਹੈ ਸੋ ਇਸੇ ਤਰ੍ਹਾਂ ਹੀ ਲੈਟਰ ਦੇ ਵਿੱਚ ਵੀ ਹੈ ਹੁਣ ਆਪਾਂ ਲੈਟਰ ਕਰਨੀ ਹੈ ਨਿੱਜੀ ਔਰ ਦਫ਼ਤਰੀ ਪੱਤਰ ਦਫ਼ਤਰੀ ਪੱਤਰ ਦੇ ਵਿੱਚ ਹਾਲੇ ਤੱਕ ਆਪਾਂ ਨਗਰ ਨਿਗਮ ਨੂੰ ਕਰ ਚੁੱਕੇ ਹਾਂ ਸਿਹਤ ਵਿਭਾਗ ਨੂੰ ਕਰ ਚੁੱਕੇ ਹਾਂ ਆਪਾਂ ਪੁਲਿਸ ਚੌਂਕੀ ਵਾਲਾ ਕੀਤਾ ਹੋਇਆ ਨਾ ਸਾਡਾ ਕੀ ਐਕਟਿਵਾ ਵਗੈਰਾ ਚੋਰੀ ਹੋ ਗਈ ਹੈ ਹਨਾ ਰਮਨੀਕ ਕੀਤਾ ਹੋਇਆ ਓਕੇ ਦੀਆ ਠੀਕ ਹੈ ਸੋ ਇਹ ਵਾਲੇ ਆਪਾਂ ਲੈਟਰਸ ਕੀਤੇ ਹੋਏ ਨੇ ਠੀਕ ਹੈ ਸੋ ਨਿੱਜੀ ਪੱਤਰ ਵੀ ਆਪਾਂ ਕੀਤਾ ਹੋਇਆ ਹੈ ਜਸਟ ਤੁਸੀਂ ਫਾਰਮੈਟ ਦੇਖ ਲਓ ਫਾਰਮੈਟ ਅਗਰ ਤੁਹਾਡੀ ਫੇਅਰ ਕਾਪੀ ਤੇ ਤੁਸੀਂ ਲਿਖਿਆ ਹੋਇਆ ਹੈ ਤੇ ਇਹਨੂੰ ਦੁਬਾਰਾ ਲਿਖਣ ਦੀ ਜ਼ਰੂਰਤ ਨਹੀਂ ਹੈ ਠੀਕ ਹੈ ਬਟ ਫਿਰ ਵੀ ਇੱਕ ਵਾਰੀ ਆਪਾਂ ਕਰਨਾ ਜ਼ਰੂਰ ਹੈ ਕਿਉਂਕਿ ਨਿੱਜੀ ਪੱਤਰ ਤੁਹਾਨੂੰ 10th ਤੱਕ ਜਾ ਕੇ ਵੀ ਆਣੇ ਹੀ ਆਣੇ ਨੇ ਠੀਕ ਹੈ ਉੱਥੇ ਵੀ ਜਾ ਕੇ ਤੁਹਾਨੂੰ ਚੁਆਇਸ ਹੁੰਦੀ ਹੈ ਨਿੱਜੀ ਔਰ ਦਫ਼ਤਰੀ ਤੁਸੀਂ ਜਿਹੜਾ ਇਹਦੇ ਵਿੱਚ ਉਹਦੀ ਮਰਜ਼ੀ ਕਰ ਸਕਦੇ ਹੋ ਠੀਕ ਹੈ ਸੋ ਨਿੱਜੀ ਪੱਤਰ ਥੋੜੇ ਜਿਹੇ ਈਜ਼ੀ ਹੁੰਦੇ ਨੇ ਇਹਦੇ ਵਿੱਚ ਇੰਨਾ ਜ਼ਿਆਦਾ ਤੁਹਾਨੂੰ ਫਾਰਮੈਟ ਵੀ ਨਹੀਂ ਲਰਨ ਕਰਨਾ ਪੈਂਦਾ ਸੋ ਇਹ ਵਾਲੇ ਫਾਰਮੈਟ ਨੂੰ ਚੰਗੀ ਤਰ੍ਹਾਂ ਨਾਲ ਦੇਖਣਾ ਚਾਹੀਦਾ ਤੁਹਾਨੂੰ ਸੋ ਪਹਿਲਾਂ ਰਾਈਟ ਸਾਈਡ ਤੇ ਪ੍ਰੀਖਿਆ ਭਵਨ ਕੌਮਾ ਡੈਸ਼ ਡੈਸ਼ ਸ਼ਹਿਰ ਦੈਨ ਮਿਤੀ ਠੀਕ ਹੈ ਮਿਤੀ ਦੇ ਵਿੱਚ ਤੁਸੀਂ ਕੀ ਕਰੋਗੇ ਮਿਤੀ ਜਿਹੜੀ ਅੱਜ ਦੀ ਤੁਸੀਂ ਜੁੱਦਣ ਦੀ ਵੀ ਤੁਹਾਨੂੰ ਲੈਟਰ ਆਏਗੀ ਉੱਦਣ ਦੀ ਠੀਕ ਹੈ ਸੋ ਦੈਨ ਉਸ ਤੋਂ ਬਾਅਦ ਵਿੱਚ ਨੈਕਸਟ ਲਾਈਨ ਤੇ
अगर ਤੁਸੀਂ ਆਪਣੇ ਛੋਟੇ ਨੂੰ ਲੈਟਰ ਲਿਖਣੀ ਹੈ ਮੈਂ ਤੁਹਾਨੂੰ ਸਾਰਾ ਦੱਸਿਆ ਹੋਇਆ ਹੈ ਕਿ ਉਹਦੇ ਵਿੱਚ ਆਪਾਂ ਲਿਖਣਾ ਹੈ ਪਿਆਰੇ ਭਰਾ ਜਾਂ ਪਿਆਰੇ ਮਿੱਤਰ ਅਗਰ ਅਸੀਂ ਆਪਣੇ ਤੋਂ ਵੱਡੇ ਨੂੰ ਲੈਟਰ ਲਿਖਣੀ ਹੈ ਫਿਰ ਆਪਾਂ ਰਿਸਪੈਕਟਫੁਲ ਸਤਿਕਾਰਯੋਗ ਚਾਚਾ ਜੀ ਸਤਿਕਾਰਯੋਗ ਪਿਤਾ ਜੀ ਠੀਕ ਹੈ ਛੋਟਿਆਂ ਲਈ ਆਪਾਂ ਕੀ ਵਰਤਦੇ ਹਾਂ ਪਿਆਰੇ ਭਰਾ ਜਾਂ ਪਿਆਰੇ ਮਿੱਤਰ ਵੱਡਿਆਂ ਲਈ ਅਸੀਂ ਸਤਿਕਾਰਯੋਗ जो भी अगे आएगा पिता जी माता जी चाचा जी ठीक है दैन नैक्सट लाइन में असी छोटिया की वरतते हाँ निघिया यादा या मिठिया यादा ठीक है तो व्डिया आप बोलते हाँ सत श्री अकाल या नमस्ते ठीक है दैन नैक्सट लाइन तो हमेशा एक पैट लाइन है असी इतने राजी खुशी हाँ तो उम्मीद करते हाँ कि तुम भी राजी खुशी होवोगे ठीक है दैन तुम अपना कंटेंटमेंट स्टार्ट कर देना फिर एंड ते असी कहांगे कि बाकी गल्लां मिलन ते अगर छोटा है वह कोई भैन भरा है तो छोटे भैन भरा नूं प्यार चाची जी या मामी जी जो भी रिलेशन का आएगी लैटर उन्होंने प्यार या उन्होंने नमस्ते या सत श्री अकाल लास्ट विच जेदे नाल तुहाडा जिन्हों आप लैटर लिख रहे हैं उहदे नाल साडा की रिलेशन है ठीक है तुहाडा प्यारा पुत्र भतीजा दोस्त ठीक है दैन डैश डैश नाम डैश डैश पता ओके सो ए है फॉरमैट निजी पत्र का राइट सो हुण देखो बेटा निजी पत्र आपां ऑलरेडी काफ़ी सारे डिस्कस कर चुके हाँ पर जरूरी नहीं है कि जो आपां डिस्कस किया है उही आवे ठीक है तुहानू सिर्फ फॉर्मेट पता होना चाहिए है वो अंडर जिहड़ी मर्जी लैटर आ जाए तुसीं लिख सकते हो कंटेंट मैटर ठीक है हुण आपां अज दो लैटर्स डिस्कस करांगे एक तुसीं करनी है इनू नोट डाउन कर लो इन्हां विचों ते तुसीं एक अपनी फेयर कॉपी ते लिखनी और काम कंप्लीट करी जाओ ठीक है यही वाला साडा लास्ट टॉपिक होएगा ठीक यही वाला लास्ट टॉपिक है और उस तो बाद में तुसीं अपनी कॉपी मैनू फाइनल चैकिंग लई भेजनी है ठीक है छोटे भरा नू समय दी सही वरतों लई ठीक है या दूसरी मैं इधर लिखन लगी हाँ कि तुसी अपने मित्र या अपनी सहेली नू मित्र या सहेली नू पुस्तकां दा महत्व दसते हुए पुस्तकां दा महत्व दसते हुए पुस्तकां पढ़न लई प्रेरणा देनी है तुसी ठीक है सो तुसी इना दोनों विचों दी कोई एक फेयर कॉपी ते विद कंटेंट मैटर लिख सकते हो ठीक है तो आप वन बाय वन डिस्कस करते हाँ ओके हाँ जी फर्स्ट है छोटे भरा नू ओके सो पहली लेटर है छोटे भरा नू समय की सही वरतों लई पत्र लिखना है तुसीं उहनूं कहना है कि समय का सही प्रयोग करना है ये आपां एक पोएम भी कीती सी भाई वीर सिंह जी की समा उहदे नाल कोरिलेट करके भी तुसीं उहनूं लिख सकते हो किद्दां दोगे अपने छोटे भरा नू प्रेरणा पहली गल तुसीं समय की कदर करोगे तो ही तुसीं दूसरे नूं प्रेरित करोगे ना कि तुसीं भी समय की कदर करनी सीखो हाँ जी कौन बोलेगा अगेन दिया कोई होर भी पार्टिसिपेट करा करो दिया तो अर्शप्रीत तो और अमनीक तो इलावा क्योंकि बाकिया नू भी सेम इन्फॉर्मेशन मिल रही है जो इन्हां तिन्नां नू मिल रही है ठीक है
अयान है, पूर्वी है। शुभम विलिंगली हाथ खड़े करो अपने। दिया असी मैं इतने राजी खुशी हाँ तो उम्मीद कर दी हाँ कि तुसी भी ठीक होवोगे। मैनू कल ही माता जी तो पत्र मिलिया कि तू अपना समा सही तरीके नाल नहीं वरत रहा, तू हर वक्त खेडता ही रहिंदा है ते कदे पढ़ाई विच अपना समा नहीं डालदा। ये चंगी गल नहीं है क्योंकि समय दी कदर करन वाला व्यक्ति ही सफल हो सकता है। असी दोहां ने एक कविता भी पढ़ी सी भाई वीर सिंह द्वारा लिखी हुई, जिस विच उन्होंने समय दी महानता बारे दस्या है। समा किसी लिए नहीं रुकता, यह लगातार चलता ही रहता है। एक बार हाथों निकलिया समा कदे मुड़ वापस नहीं आउंदा। तैनू भी अपना समा सही तरीके नाल वरतना चाहिदा है क्योंकि विद्यार्थी जीवन विच ता समय की कदर करन नाल ही व्यक्ति सफल हो सकता है। मैं यह नहीं कह रही कि तू खेडना बंद कर देवे, पर दोहां चीजां विच पढ़ाई ते खेडां विच सही समा दा दी वरतों करनी चाहिदी है। तू खेड भी ते पढ़ भी, ए दोहां चीजां इकट्ठे ही हो सकदियां हन। मैं आशा करदी हां कि तैनू इस चीज तो प्रेरणा मिली होवेगी ते तू अपना समा अज तो चंगे नाल तरह नाल वरतेगा, इसका सदउपयोग करेगा। ठीक है, गुड। और कोई बच्चा? वेरी गुड दिया। छोटे भरा नूं समय दी या छोटी भैन नूं या अपने मित्र नूं भी हो सकता है, ठीक है। आपां पढ़ाई लई प्रेरणा पत्र भी लिख चुके हाँ, खेडां लई प्रेरणा पत्र भी लिख चुके हाँ, ते तुसी अपने भरा नूं इक होर या इक आपां कर चुके हाँ कि संगत आई थिंक आपां डिस्कस कर चुके हाँ कि चंगी संगत रखनी चाहिए है तैनू, बुरी संगत विच नहीं पैना चाहिए, ठीक है। सो छोटे भरा नूं समय की वरतों के लिए तुसी लैटर लिख सकते हो। पहले तो कंटेंट मैटर पूरे का पूरा जिस तरह उहदियां पैटलाइनस ने, उम्मीद करते हाँ कि तुसी भी इत्थे राजी खुशी होवोगे। फिर तुसी कह सकते हो कि मैनू कल ही माता जी की चिट्ठी मिली। यस अमनीक। यस मैम, मैं इत्थे राजी खुशी हाँ ते उम्मीद करदी हाँ कि तू भी ठीक होवेगा। कल ही मैनू माता जी की चिट्ठी मिली जिस विच उन्होंने तेरे बदलदे सुभाव बारे दस्या। तू अज कल पूरा दिन टीवी ही वेखदा रहिंदा है, तेरा पढ़ाई विच भी मन नहीं लगता। समय दी महानता बहुत है, जे तू पढ़ाई विच अपना ध्यान नहीं लियावेंगा ते तू अपने जमात विच चंगे नंबरां तो पास नहीं होवेंगा। हमेशा टीवी देखते रहना भी बहुत गलत गल है, सानू समय दी कदर करनी चाहीदी है। बहुत सारे कवियां ने भी कहा है कि ठहरन जांच नहीं जानता, ते इसनू खिंचन दा भी कोई फायदा नहीं है क्योंकि समय साडे मुताबिक नहीं चलता है, इसलिए सानू समय दी भरपूर कदर करनी चाहीदी है। मैं नहीं कहंदी कि तू खेडना बंद कर दे जा टीवी बंद कर दे, पर पढ़ाई ते टीवी वेखन जा खेडने विच एक संतुलन बना के रखना चाहीदा है। तैनू अपना काम समय सिर करना चाहीदा है। मैं आशा करदी हां कि तू मेरी गल्लां नू ध्यान विच रखेगा ते अपने सुभाव विच कुछ तब्दीली चेंजेस तब्दीली लियावेगा। ठीक है, गुड, स्टार्टिंग गुड, ओके, राइट। सो तुसी की कह सकते हो कि मैनू कल की माता जी दी चिट्ठी मिली। पनिका यस पनिका यस मैम ठीक हाँ, ते आशा करदी हाँ कि तू भी ठीक होवेगा। कल ही मैनू तो तेरे अध्यापक दे कोलो एक गल पता लगी है कि तू अपना ध्यान बिल्कुल भी पढ़ाई दे विच नहीं ला रहा है ते अपना भी बर्बाद कर रहा है। यह गल सुन के मैनू बहुत ही दुख महसूस होया। मैं तेनों एक गल जरूर दसना चाहवागी कि जो समय एक बार बीत जाता है कदे वापस नहीं आता। समय भी मुल नहीं हुंदा। जो भी व्यक्ति समय का महत्व नहीं जानता उसनों अगे जाके पछताना पैंदा है। इतिहास भी इस गल का गवाह है कि
ਜਿਸ ਵੀ ਵਿਅਕਤੀ ਨੇ ਸਮੇਂ ਦੇ ਮੁੱਲ ਨੂੰ ਨਹੀਂ ਪਹਿਚਾਣਿਆ ਉਸਨੂੰ ਅੱਗੇ ਜਾ ਕੇ ਜੀਵਨ ਵਿੱਚ ਅਸਫਲਤਾ ਹੀ ਮਿਲਦੀ ਹੈ। ਸਮੇਂ ਕਿਸੇ ਦੇ ਲਈ ਵੀ ਰੁਕਦਾ ਨਹੀਂ ਹੈ, ਸਮੇਂ ਆਪਣੀ ਗਤੀ ਦੇ ਨਾਲ ਬਹੁਤ ਤੇਜ਼ ਗਤੀ ਦੇ ਨਾਲ ਚੱਲਦਾ ਰਹਿੰਦਾ ਹੈ, ਸਾਨੂੰ ਉਸਦਾ ਸਦਉਪਯੋਗ ਕਰਨਾ ਚਾਹੀਦਾ ਹੈ। ਸਭ ਨੂੰ ਤੇਰੇ ਕੋਲੋਂ ਬਹੁਤ ਹੀ ਉਮੀਦਾਂ ਹਨ, ਸਭ ਨੇ ਤੇਰੇ ਕੋਲ ਬਹੁਤ ਹੀ ਉਮੀਦ ਲਗਾਈ ਰੱਖੀ ਹੈ ਤੇ ਮੈਂ ਆਸ਼ਾ ਕਰਦੀ ਹਾਂ ਕਿ ਤੂੰ ਸਭ ਦੀ ਉਮੀਦਾਂ ਉੱਤੇ ਪਾਣੀ ਨਹੀਂ ਫੇਰੇਗਾ ਤੇ ਤੂੰ ਇਹ ਸਾਰੀ ਗੱਲਾਂ 'ਤੇ ਧਿਆਨ ਦੇਵੇਂਗਾ ਤੇ ਆਪਣੇ ਸਮੇਂ ਦਾ ਸਹੀ ਢੰਗ ਨਾਲ ਉਪਯੋਗ ਕਰੇਂਗਾ ਤੇ ਪੜ੍ਹਨ ਵਿੱਚ ਵੀ ਮਨ ਲਗਾਏਗਾ। ਵੈਰੀ ਗੁੱਡ, ਠੀਕ ਹੈ। ਸੋ ਪਨਿਕਾ ਨੇ ਇੱਕ ਹੋਰ ਲਾਈਨਸ ਜਿਹੜੀਆਂ ਨੇ ਉਹ ਐਡ ਕਰ ਦਿੱਤੀਆਂ ਕਿ ਜਿਹੜੇ ਆਪਾਂ ਮਹਾਂਪੁਰਸ਼ ਵੀ ਦੇਖਦੇ ਹਾਂ, ਇਹ ਮਹਾਂਪੁਰਖ ਦੇਖਦੇ ਹਾਂ, ਉਹਨਾਂ ਨੇ ਵੀ ਸਮੇਂ ਦਾ ਸਦਉਪਯੋਗ ਕੀਤਾ ਸੀ ਤਾਂ ਹੀ ਉਹ ਆਪਣੀ ਜ਼ਿੰਦਗੀ ਵਿੱਚ ਸਫਲ ਹੋਏ। ਜਾਂ ਤੁਸੀਂ ਇੱਕ ਹੋਰ ਚੀਜ਼ ਐਡ ਕਰ ਸਕਦੇ ਹੋ ਕਿ ਵਿਦੇਸ਼ਾਂ ਵਿੱਚ ਜਿਹੜੇ ਰਹਿੰਦੇ ਲੋਕੀ ਨੇ ਉਹ ਵੀ ਕੀ ਕਰਦੇ ਨੇ, ਉਹ ਸਮੇਂ ਦੀ ਕਦਰ ਕਰਦੇ ਨੇ, ਠੀਕ ਹੈ। ਇਸ ਲਈ ਹਮੇਸ਼ਾ ਜਿਹੜੇ ਉਹ ਵਾਲਾ ਦੇਸ਼ ਨੇ ਉਹ ਹਮੇਸ਼ਾ ਤਰੱਕੀ ਕਰਦੇ ਨੇ, ਠੀਕ ਹੈ, ਉਹ ਵਿਕਸਿਤ ਦੇਸ਼ ਬਣਦੇ ਨੇ। ਤੇ ਸਾਡੇ ਇੱਥੇ ਕੀ ਹੁੰਦਾ ਹੈ ਕਿ ਅਸੀਂ ਸਮੇਂ ਦੀ ਕਦਰ ਨਹੀਂ ਕਰਦੇ, ਇਸ ਲਈ ਆਪਾਂ ਹਾਲੇ ਤੱਕ ਵੀ ਡਿਵੈਲਪਿੰਗ ਕੰਟਰੀਜ਼, ਵਿਕਾਸਸ਼ੀਲ ਦੇਸ਼ਾਂ ਦੀ ਲਾਈਨ ਵਿੱਚ ਲੱਗੇ ਹੋਏ ਹਾਂ, ਠੀਕ ਹੈ। ਸੋ ਜੋ ਵਿਅਕਤੀ ਸਮੇਂ ਦੀ ਸਹੀ ਕਦਰ ਕਰਦਾ ਹੈ ਜ਼ਿੰਦਗੀ ਵਿੱਚ ਹਮੇਸ਼ਾ ਉਹ ਤਰੱਕੀਆਂ ਪ੍ਰਾਪਤ ਕਰਦਾ ਹੈ, ਠੀਕ ਹੈ। ਜਾਂ ਤੁਸੀਂ ਲਿਖ ਸਕਦੇ ਹੋ ਮੁਹਾਵਰਾ ਕਿ ਹਮੇਸ਼ਾ ਉਹਦੀ ਹੀ ਗੁੱਡੀ ਚੜ੍ਹਦੀ ਹੈ, ਗੁੱਡੀ ਚੜ੍ਹਦੀ, ਆਪਾਂ ਮੁਹਾਵਰਾ ਕੀਤਾ ਹੋਇਆ ਨਾ, ਮਤਲਬ ਕਿ ਤਰੱਕੀ ਹੋਣੀ, ਠੀਕ ਹੈ। ਸੋ ਇਹਦੇ ਵਿੱਚ ਤੁਸੀਂ ਵੱਖ ਵੱਖ ਮੁਹਾਵਰੇ ਵੀ ਯੂਜ ਕਰ ਸਕਦੇ ਹੋ, ਪਰ ਮੁਹਾਵਰੇ ਉੱਦਾਂ ਯੂਜ ਕਰੋ ਕਿ ਤੁਹਾਨੂੰ ਉਹਦਾ ਅਰਥ ਪਤਾ ਹੋਣਾ ਚਾਹੀਦਾ, ਇੱਕ ਉਹ ਤੁਹਾਡੇ ਕੰਟੈਂਟ ਮੈਟਰ ਦੇ ਨਾਲ ਕੋਰੀਲੇਟ ਕਰਦਾ ਹੋਵੇ। ਇਹ ਨਾ ਹੋਵੇ ਕਿ ਤੁਸੀਂ ਗੱਲ ਕੋਈ ਹੋਰ ਕਹਿ ਰਹੇ ਹੋ, ਮੁਹਾਵਰਾ ਤੁਸੀਂ ਕੋਈ ਹੋਰ ਯੂਜ ਕਰ ਰਹੇ ਹੋ ਉਹਨੂੰ, ਠੀਕ ਹੈ। ਸੋ 1.5 ਪੇਜ ਸੀ ਤੁਹਾਡੀ ਲੈਟਰ ਬਣ ਜਾਏਗੀ ਅਗਰ ਤੁਸੀਂ ਕਾਫੀ ਸਾਰਾ ਇਹ ਛੋਟਾ ਜਿਹਾ ਨਹੀਂ ਲਿਖਣਾ ਕਿ ਸਮੇਂ ਦੀ ਸਹੀ ਵਰਤੋਂ ਕਰ, ਸਮੇਂ ਦੀ ਵਰਤੋਂ ਕਰਨ ਦੇ ਨਾਲ ਵਧੀਆ ਇਨਸਾਨ ਬਣੇਗਾ, ਬਸ ਨੋ, ਪ੍ਰੋਪਰਲੀ ਐਕਸਪਲੇਨ ਕਰੋ, ਦੋ ਤਿੰਨ ਐਗਜ਼ਾਮਪਲਸ ਲਿਆ ਕਰੋ ਹਮੇਸ਼ਾ ਕੰਟੈਂਟ ਮੈਟਰ ਵਿੱਚ, ਠੀਕ ਹੈ। ਸੋ ਗੁੱਡ, ਨੈਕਸਟ ਹੈ ਕਿ ਤੁਸੀਂ ਆਪਣੇ ਮਿੱਤਰ ਨੂੰ ਜਾਂ ਆਪਣੀ ਸਹੇਲੀ ਨੂੰ ਜਾਂ ਭਰਾ ਵੀ ਆ ਸਕਦਾ ਹੈ ਇਹਦੇ ਵਿੱਚ, ਠੀਕ ਹੈ, ਕਿ ਉਹਨਾਂ ਨੂੰ ਪੁਸਤਕਾਂ ਦਾ ਮਹੱਤਵ ਦੱਸਣਾ ਹੈ ਪਹਿਲਾਂ ਤਾਂ, ਠੀਕ ਹੈ, ਤੇ ਫਿਰ ਉਹਨਾਂ ਨੂੰ ਪੁਸਤਕਾਂ ਪੜ੍ਹਨ ਲਈ ਪ੍ਰੇਰਨਾ ਦੇਣੀ ਹੈ। ਦੋ ਪਾਰਟਸ ਵਿੱਚ ਡਿਵਾਈਡ ਹੋ ਰਹੀ ਹੈ ਇਹ ਲੈਟਰ, ਸਿਰਫ ਉਹਨਾਂ ਨੂੰ ਪੁਸਤਕਾਂ ਪੜ੍ਹਨ ਲਈ ਪ੍ਰੇਰਨਾ ਨਹੀਂ ਦੇਣੀ, ਉਹਨਾਂ ਨੂੰ ਇੰਪੋਰਟੈਂਸ ਵੀ ਦੱਸਣੀ ਹੈ ਪੁਸਤਕਾਂ ਪੜ੍ਹਨ ਦੀ, ਠੀਕ ਹੈ। ਸੋ ਤੁਹਾਡੇ ਵਿੱਚੋਂ ਕਾਫੀ ਸਾਰੇ ਇੱਦਾਂ ਦੇ ਬੱਚੇ ਨੇ ਜਿਹੜੇ ਐਕਸਟਰਾ ਬੁੱਕਸ ਪੜ੍ਹਦੇ ਨੇ, ਠੀਕ ਹੈ, ਔਰ ਉਹਨਾਂ ਨੂੰ ਪਤਾ ਹੈ ਕੌਣ ਕੌਣ ਪੜ੍ਹਦਾ ਹੈ। ਸੋ ਤੁਸੀਂ ਖੁਦ ਪੜ੍ਹਦੇ ਹੋ ਬੁੱਕਸ ਐਕਸਟਰਾ ਸਟੱਡੀ ਜਾਂ ਤੁਹਾਡੇ ਕਰੀਕੁਲਮ ਨਾਲੋਂ ਅਲੱਗ ਕੋਈ ਨੌਲੇਜ ਵਾਲੀ ਬੁੱਕ ਹੈ, ਠੀਕ ਹੈ। ਸੋ ਤੁਸੀਂ ਪਹਿਲਾਂ ਉਹਦਾ ਮਹੱਤਵ ਦੱਸਣਾ, ਇੰਪੋਰਟੈਂਸ ਦੱਸਣੀ ਹੈ ਕਿ ਲਾਈਫ ਵਿੱਚ ਇੰਪੋਰਟੈਂਸ ਹੈ, ਦੈਨ ਉਹਨਾਂ ਨੂੰ ਮੋਟੀਵੇਟ ਕਰਨਾ ਹੈ। ਅਰਚਿਤਾ ਬੋਲੋਗੇ? ਬਿਕੋਜ਼ ਅਰਚਿਤਾ ਵੀ ਬੁੱਕਸ ਪੜ੍ਹਦੀ ਰਹਿੰਦੀ ਹੈ ਨਾ, ਕਿੱਦਾਂ ਦੱਸੋਗੇ ਤੁਸੀਂ, ਸੋਚੋ, ਹਿੰਟ ਮੈਂ ਤੁਹਾਨੂੰ ਆਲਰੇਡੀ ਦੇਤਾ, ਜਾਂ ਤੁਸੀਂ ਇਹਦੇ ਵਿੱਚ ਕੋਈ ਇੱਕ ਬੁੱਕ ਜਿਹੜੀ ਤੁਹਾਨੂੰ ਬਹੁਤ ਵਧੀਆ ਲੱਗਦੀ ਹੋਵੇ, ਠੀਕ ਹੈ, ਤੁਸੀਂ ਉਹਦਾ ਨਾਮ ਵੀ ਮੈਂਸ਼ਨ ਕਰ ਸਕਦੇ ਹੋ, ਚਾਹੇ ਜਿਹੜੀ ਮਰਜ਼ੀ ਬੁੱਕ ਹੈ, ਹਿੰਦੀ ਦੀ ਹੈ, ਇੰਗਲਿਸ਼ ਦੀ ਹੈ, ਜਾਂ ਕੋਈ ਹੋਰ ਫੋਰਨ ਦੀ ਬੁੱਕ ਹੈ, ਯੂ ਕੈਨ ਮੈਂਸ਼ਨ, ਠੀਕ ਹੈ, ਔਰ ਉਹ ਮੈਨੂੰ ਦੱਸ ਦਿਓ ਤਾਂ ਕਿ ਮੈਂ ਤੁਹਾਨੂੰ ਉਹਦੇ ਸਪੈਲਿੰਗ ਦੱਸ ਸਕਾਂ, ਪੰਜਾਬੀ ਵਿੱਚ ਆਪਾਂ ਕਿੱਦਾਂ ਲਿਖ ਸਕਦੇ ਹਾਂ ਉਹਨੂੰ, ਠੀਕ ਹੈ, ਆਪਣੀ ਲੈਟਰ ਨੂੰ ਵਧੀਆ ਕਰਨ ਦੇ ਲਈ। ਜਦੋਂ ਤੁਸੀਂ ਲੈਟਰ ਜਾਂ ਐਸੇ ਲਿਖਦੇ ਹੋ ਨਾ, ਤੁਹਾਡੀ ਜਿਹੜੀ ਲਿਖਣ ਦੀ ਕਲਾ ਹੁੰਦੀ ਹੈ ਨਾ, ਤੁਹਾਡੀ ਜੋ ਵੀ ਤੁਸੀਂ ਕੰਟੈਂਟਮੈਂਟ ਲਿਖਦੇ ਹੋ, ਉਹਦੇ ਨਾਲ ਤੁਹਾਡੇ ਜਿਹੜੇ ਵਿਚਾਰ, ਤੁਹਾਡੇ ਥੋਟਸ ਹੁੰਦੇ ਨੇ ਨਾ, ਉਹ ਸਮਝ ਲੱਗਦੇ ਨੇ ਕਿ ਬੱਚੇ ਦੀ ਥਿੰਕਿੰਗ ਪਾਵਰ ਕਿੱਥੋਂ ਤੱਕ ਜਾ ਸਕਦੀ ਹੈ, ਠੀਕ ਹੈ। ਸੋ ਸੋਚਿਆ ਕਰੋ ਪੋਜ਼ਿਟਿਵਲੀ, ਠੀਕ ਹੈ। ਓਕੇ, ਕੌਣ ਦੱਸੇਗਾ? ਆਸ਼ਪ੍ਰੀਤ ਬੋਲੋਗੇ ਤੁਸੀਂ? ਪੁਸਤਕਾਂ ਵੱਲ ਪੁਸਤਕਾਂ ਵੀ ਨਹੀਂ ਪੜ੍ਹ ਰਹੀ ਤੇ ਆਪਣੀ ਪੜ੍ਹਾਈ ਵੱਲ ਵੀ ਧਿਆਨ ਨਹੀਂ ਦੇ ਰਹੀ, ਜੋ ਕਿ ਬਹੁਤ ਗਲਤ ਗੱਲ ਹੈ। ਹਰ ਸਮਾਜ ਵਿੱਚ ਮਨੁੱਖ ਨੂੰ ਇੱਕ ਚੰਗਾ ਜਾਂ ਸੰਪੂਰਨ ਮਨੁੱਖ ਬਣਨ ਲਈ ਗੱਲਾਂ ਪੁਸਤਕਾਂ ਵੀ ਪੜ੍ਹਨੀਆਂ ਚਾਹੀਦੀਆਂ ਹਨ, ਚੰਗਾ ਮਨੁੱਖ ਬਣਨ ਲਈ।
ਜੇਕਰ ਇੱਕ ਮਨੁੱਖ ਚੰਗਾ ਬੰਦਾ ਹੈ ਤਾਂ ਸਾਰਾ ਸਮਾਜ ਵੀ ਉਸਨੂੰ ਚੰਗਾ ਲੱਗਣ ਲੱਗ ਜਾਂਦਾ ਹੈ। ਸਾਡੀ ਅਸੀਂ ਜਦੋਂ ਕਿਤਾਬਾਂ ਪੜ੍ਹਦੇ ਹਾਂ ਤਾਂ ਸਾਡੀ ਸ਼ਖਸੀਅਤ ਦੇ ਵਿਕਾਸ ਵੀ ਸ਼ਖਸੀਅਤ ਦਾ ਵਿਕਾਸ ਵੀ ਹੁੰਦਾ ਹੈ ਅਤੇ ਸਾਨੂੰ ਬਹੁਤ ਸਾਰੀ ਜਾਣਕਾਰੀ ਵੀ ਮਿਲਦੀ ਹੈ ਅਤੇ ਕਿਤਾਬਾਂ ਸਾਡੀਆਂ ਬਹੁਤ ਚੰਗੀਆਂ ਮਿੱਤਰ ਵੀ ਬਣ ਜਾਂਦੀਆਂ ਹਨ। ਜਦੋਂ ਸਾਡੇ ਨਾਲ ਕੋਈ ਵੀ ਨਹੀਂ ਹੁੰਦਾ, ਅਸੀਂ ਜੇ ਅਸੀਂ ਪੁਸਤਕਾਂ ਪੜ੍ਹਦੇ ਹਾਂ ਤਾਂ ਅਸੀਂ ਕਦੇ ਵੀ ਇਕੱਲੇ ਨਹੀਂ ਮਹਿਸੂਸ ਕਰਦੇ। ਪੁਸਤਕਾਂ ਸਾਡੇ ਜੀਵਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਂਦੀਆਂ ਹਨ। ਕਿਤਾਬਾਂ ਪੁਸਤਕਾਂ ਗਿਆਨ ਦਾ ਅਮੁੱਲ ਭੰਡਾਰ ਹੁੰਦੀਆਂ ਹਨ ਅਤੇ ਸਾਨੂੰ ਉਹਨਾਂ ਤੋਂ ਉਹ ਵਾਲਾ ਸਾਰਾ ਗਿਆਨ ਲੈਣਾ ਚਾਹੀਦਾ ਹੈ। ਆਪਾਂ ਆਪਣੇ ਸਕੂਲ ਦੀ ਪੜ੍ਹਾਈ ਤਾਂ ਕਰਨੀ ਹੀ ਹੈ, ਪਰ ਜੇ ਆਪਾਂ ਆਪਣੀਆਂ ਹੋਰ ਵੀ ਪੁਸਤਕਾਂ ਪੜ੍ਹਾਂਗੇ ਤਾਂ ਸਾਡਾ ਗਿਆਨ ਹੋਰ ਵੀ ਜ਼ਿਆਦਾ ਵਧੇਗਾ। ਚੰਗੀਆਂ ਪੁਸਤਕਾਂ ਦੇ ਅਣਗਿਣਤ ਸੰਸਕਰਨਾਂ ਦਾ ਛਪਣਾ ਇਸੇ ਗੱਲ ਦਾ ਗਵਾਹ ਹੈ। ਇਸ ਤਰ੍ਹਾਂ ਚੰਗੀਆਂ ਕਿਤਾਬਾਂ ਸਮਾਜ ਵਿੱਚ ਆਪਣੀ ਉਸਾਰੂ ਭੂਮਿਕਾ ਬਹੁਤ ਹੀ ਸਹਿਜ ਰੂਪ ਚ ਨਿਭਾ ਦਿੰਦੀਆਂ ਹਨ ਅਤੇ ਇਸ ਲਈ ਤੈਨੂੰ ਵੀ ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਹਨ ਤਾਂ ਕਿ ਤੂੰ ਇੱਕ ਚੰਗੀ ਇਨਸਾਨ ਬਣ ਸਕੇ ਅਤੇ ਜ਼ਿੰਦਗੀ ਵਿੱਚ ਕਦੇ ਵੀ ਇਕੱਲੀ ਮਹਿਸੂਸ ਨਾ ਕਰੇ। ਵੈਰੀ ਵੈਲ ਡਨ ਅਰਸ਼ਪ੍ਰੀਤ, ਠੀਕ ਹੈ, ਕਾਫੀ ਅੱਛਾ ਕੰਟੈਂਟ ਮੈਟਰ ਹੈ। ਹਾਂਜੀ ਲਵਲੀਨਾ, ਮੈਨੂੰ ਕੱਲ ਤੇਰੀ ਮਾਤਾ ਜੀ ਦੀ ਚਿੱਠੀ ਮਿਲੀ ਅਤੇ ਉਸ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਅੱਜ ਕੱਲ ਤੂੰ ਪੁਸਤਕਾਂ ਨਹੀਂ ਪੜ੍ਹਦੀ। ਪੁਸਤਕਾਂ ਦੇ ਬਹੁਤ ਹੀ ਲਾਭ ਹੁੰਦੇ ਹਨ। ਪੁਸਤਕਾਂ ਗਿਆਨ ਦਾ ਸੋਮਾ ਹਨ, ਮਨੋਰੰਜਨ ਦਾ ਸਾਧਨ ਹਨ ਅਤੇ ਇਕੱਲਤਾ ਦਾ ਸਾਥੀ ਹਨ। ਪੁਸਤਕਾਂ ਦੀ ਦੁਨੀਆਂ ਬੜੀ ਹੀ ਨਿਰਾਲੀ ਹੁੰਦੀ ਹੈ। ਇਸ ਦੁਨੀਆਂ ਵਿੱਚ ਪ੍ਰਵੇਸ਼ ਕਰਨ ਵਾਲਾ ਮਨੁੱਖ ਗਿਆਨਵਾਨ ਹੋ ਕੇ ਹੀ ਨਿਕਲਦਾ ਹੈ। ਇਹ ਉਸ ਨੂੰ ਕਿਸੇ ਨਵੇਂ ਜੀਵਨ ਪੰਥ ਉੱਤੇ ਤੋਰਨ ਵਿੱਚ ਸਹਾਈ ਹੁੰਦੀਆਂ ਹਨ। ਪੁਸਤਕਾਂ ਪੜ੍ਹਨ ਨਾਲ ਸਾਨੂੰ ਜੀਵਨ ਜਾਂਚ ਵੀ ਪਤਾ ਲੱਗਦੀ ਹੈ। ਇਸ ਕਰਕੇ ਮੈਂ ਤੈਨੂੰ ਪ੍ਰੇਰਿਤ ਕਰਨਾ ਚਾਹੁੰਦੀ ਹਾਂ ਕਿ ਤੂੰ ਪੁਸਤਕਾਂ ਪੜ੍ਹ ਅਤੇ ਇੱਕ ਚੰਗੀ ਇਨਸਾਨ ਜ਼ਰੂਰ ਬਣ। ਵੈਰੀ ਗੁੱਡ ਲਵਲੀਨਾ, ਇਹਨੇ ਯੂਜ਼ ਕੀਤਾ ਹੈ ਅਮੁੱਲ ਭੰਡਾਰ ਹਨ, ਹਨਾ, ਗਿਆਨ ਦਾ ਮੋਤੀ ਹਨ, ਗੁੱਡ, ਗਿਆਨ ਦਾ ਸਾਗਰ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਸੋ ਵੈਰੀ ਗੁੱਡ ਅਰਸ਼ਪ੍ਰੀਤ ਐਂਡ ਲਵਲੀਨਾ, ਠੀਕ ਹੈ। ਸੋ ਕਈ ਵਾਰੀ ਤੁਸੀਂ ਹੁੰਦਾ ਨਾ ਕਿ ਤੁਸੀਂ ਆਪਣੇ ਜੀਵਨ ਵਿੱਚ ਕੋਈ ਏਦਾਂ ਦੀ ਬੁੱਕ ਪੜ੍ਹੀ, ਫੋਰ ਐਗਜ਼ਾਮਪਲ ਆਪਾਂ ਆਟੋਬਾਇਓਗ੍ਰਾਫੀ ਲੈ ਲੈਂਦੇ ਹਾਂ, ਲਾਈਕ ਆਪਾਂ ਅਬਦੁਲ ਕਲਾਮ, ਡਾਕਟਰ ਅਬਦੁਲ ਕਲਾਮ ਦੀ ਆਪਾਂ ਸਵੈਜੀ ਮਿਲਦੀ, ਵਿੰਗਸ ਔਫ ਫਾਇਰ ਆਈ ਥਿੰਕ, ਹਨਾ, ਠੀਕ ਹੈ। ਜਾਂ ਤੁਸੀਂ ਕੋਈ ਹੋਰ ਸਵੈਜੀਵਨੀ ਪੜ੍ਹੀ, ਠੀਕ ਹੈ, ਜਿਸ ਤਰ੍ਹਾਂ ਪੰਜਾਬੀ ਵਿੱਚ ਵੀ ਨੇ, ਅੰਮ੍ਰਿਤਾ ਪ੍ਰੀਤਮ ਹੈ, ਇਹਨਾਂ ਦੀ ਰਸੀਦੀ ਟਿਕਟ ਹੈ, ਠੀਕ ਹੈ, ਦਲੀਪ ਕੌਰ ਟਿਵਾਣਾ ਹੈ, ਜਾਂ ਤੁਸੀਂ ਹੋਰ ਬੁੱਕਸ ਜਿਹੜੀਆਂ ਵੀ ਪੜ੍ਹਦੇ ਹੋਵੋਗੇ ਆਟੋਬਾਇਓਗ੍ਰਾਫੀ ਦੇ ਹਟ ਕੇ ਕੋਈ ਹੋਰ ਬੁੱਕਸ ਵੀ, ਤਾਂ ਉਹਦੇ ਉਹ ਵੀ ਤੁਸੀਂ ਲਿਖ ਸਕਦੇ ਹੋ। ਜਾਂ ਤੁਸੀਂ ਜਿਸ ਤਰ੍ਹਾਂ ਅਰਸ਼ਪ੍ਰੀਤ ਨੇ ਔਰ ਲਵਲੀਨਾ ਨੇ ਕਿਹਾ ਹੈ ਕਿ ਇਹ ਸਾਡੀ ਜ਼ਿੰਦਗੀ ਵਿੱਚ ਗਿਆਨ ਦਾ ਸਰੋਤ ਹਨ, ਗਿਆਨ ਦਾ ਭੰਡਾਰ ਹਨ, ਠੀਕ ਹੈ। ਯੈਸ ਲਵਲੀਨਾ ਮੈਮ, ਪੁਸਤਕਾਂ ਜਿਵੇਂ ਗੁਰੂਆਂ ਦੇ ਜੀਵਨ ਬਾਰੇ, ਗੁਰੂਆਂ ਦੇ ਜੀਵਨ ਬਾਰੇ ਵੀ ਆਪਾਂ ਲਿਖ ਸਕਦੇ ਹਾਂ। ਹੋਰ ਵੀ ਤਾਂ ਬਹੁਤ ਸਾਰੀਆਂ ਬੁੱਕਸ ਨੇ ਨਾ ਬੇਟਾ, ਕੋਈ ਇਤਿਹਾਸ ਨਾਲ ਰਿਲੇਟਡ ਤੁਸੀਂ ਬੁੱਕ ਪੜ੍ਹੀ, ਹਨਾ, ਤੇ ਤੁਸੀਂ ਉਹਨੂੰ ਮੋਟੀਵੇਟ ਕਰ ਸਕਦੇ ਹੋ ਕਿ ਮੈਂ ਇੱਕ ਬੁੱਕ, ਮੈਂ ਇੱਕ ਕਿਤਾਬ ਪੜ੍ਹ ਰਿਹਾ ਹਾਂ ਜਾਂ ਮੈਂ ਇੱਕ ਕਿਤਾਬ ਪੜ੍ਹ ਰਹੀ ਹਾਂ ਜਿਹਦਾ ਨਾਮ ਇਹ ਹੈ, ਠੀਕ ਹੈ, ਮੈਂਸ਼ਨ ਕਰ ਸਕਦੇ ਹੋ। ਮੈਨੂੰ ਇਸ ਤੋਂ ਬਹੁਤ ਜ਼ਿਆਦਾ ਜਾਣਕਾਰੀ ਮਿਲੀ, ਠੀਕ ਹੈ, ਜਾਣਕਾਰੀ ਲਿਖ ਸਕਦੇ ਹੋ, ਤੁਹਾਡਾ ਬਹੁਪੱਖੀ ਵਿਕਾਸ ਹੋ ਸਕਦਾ ਹੈ, ਮਤਲਬ ਓਵਰਆਲ ਤੁਸੀਂ, ਤੇ ਤੁਸੀਂ ਇੱਕ ਚੰਗੇ ਇਨਸਾਨ ਬਣ ਸਕਦੇ ਹੋ, ਤੁਹਾਨੂੰ ਸੋਚਣ ਸ਼ਕਤੀ ਮਿਲਦੀ ਹੈ, ਠੀਕ ਹੈ। ਇਹ ਕਾਫੀ ਸਾਰੀਆਂ ਗੱਲਾਂ, ਪਹਿਲਾਂ ਤੁਸੀਂ ਪੁਸਤਕਾਂ ਦਾ ਮਹੱਤਵ ਦੱਸਣਾ ਹੈ, ਪੁਸਤਕਾਂ ਪੜ੍ਹਨ ਦੇ ਨਾਲ ਕੀ ਹੋ ਸਕਦਾ ਹੈ, ਦੈਨ ਤੁਸੀਂ ਉਹਨੂੰ ਪ੍ਰੇਰਿਤ ਕਰਨਾ ਹੈ ਕਿ ਮੈਂ ਉਮੀਦ ਕਰ, ਇਹ ਸਾਡੇ ਜੀਵਨ ਦੀਆਂ ਸਾਥੀ ਹਨ, ਇਕੱਲਤਾ ਦਾ ਜਿਸ ਤਰ੍ਹਾਂ ਲਵਲੀਨਾ ਨੇ ਬੋਲਿਆ ਸੀ, ਇਕੱਲਤਾ ਦੀਆਂ ਸਾਥੀ ਹਨ, ਹਨਾ, ਸਾਨੂੰ ਕਦੇ ਵੀ ਬੋਰ ਨਹੀਂ ਹੋਣ ਦਿੰਦੀਆਂ, ਆਪਾਂ ਜਦੋਂ ਵੀ ਇਕੱਲੇ ਮਹਿਸੂਸ ਕਰਦੇ ਹਾਂ ਸਾਨੂੰ ਕਿਤਾਬ ਪੜ੍ਹਨੀ ਚਾਹੀਦੀ ਹੈ, ਠੀਕ ਹੈ, ਤੇ ਉਹਦੇ ਨਾਲ ਸਾਡਾ ਧਿਆਨ ਜਿਹੜਾ ਹੈ ਉਹ ਸਹੀ ਪਾਸੇ ਵੱਲ ਲੱਗੇਗਾ। ਇਹ ਤੁਸੀਂ ਨਾ ਜਿਹੜੀ ਬੁੱਕ ਵਾਲੀ ਲਾਈਨ ਹੈ ਨਾ, ਇਹ ਤੁਸੀਂ ਸਹੀ ਵਰਤੋਂ ਵਾਲੇ 'ਚ ਵੀ ਐਡ ਕਰ ਸਕਦੇ ਹੋ, ਠੀਕ ਹੈ, ਰਾਈਟ। ਸੋ ਇੱਕ ਹੋਰ ਲੈਟਰ ਹੈ ਆਨਲਾਈਨ ਕਲਾਸਾਂ ਦੀ, ਉਹ ਆਪਾਂ ਮੰਡੇ ਡਿਸਕਸ ਕਰਾਂਗੇ, ਠੀਕ ਹੈ, ਕਿ ਤੁਸੀਂ ਇਹਦੇ ਬਾਰੇ ਸੋਚ ਕੇ ਰੱਖਿਓ ਕਿ ਤੁਸੀਂ ਆਪਣੇ ਮਿੱਤਰ ਜਾਂ ਸਹੇਲੀ ਨੂੰ ਆਨਲਾਈਨ ਕਲਾਸਾਂ ਲਗਾਉਣ ਬਾਰੇ ਪ੍ਰੇਰਿਤ ਕਰਨਾ ਹੈ, ਠੀਕ ਹੈ।